हाँ जी दोस्तों, स्वागत है तुहाडा सवेर दीआं मुख खबरां दे विच। आओ लड़ीवार गल करदे आं पंजाब ते दुनिया दीआं मुख वड्डीआं खबरां दी। वीडियो शुरू करन तों पहलां लाइक ते शेयर जरूर कर दिओ ते साडे नाल जुड़े रहण लई तुसीं चैनल नूं सबसक्राइब कर लो। ते अज दी पहली वड्डी खबर है कोरोना दी तीसरी लहर नूं मौसम दी खबर वांग लै रहे ने लोक। सिहत मंत्रालय ने जताया फिकर। तां दोस्तों सिहत मंत्रालय ਅਤੇ NITI ਆਯੋਗ ਦੇ ਮੈਂਬਰ ਡਾਕਟਰ BK ਪਾਲ ਦੇ ਅਨੁਸਾਰ ਕਰੋਨਾ ਦੀ ਤੀਜੀ ਲਹਿਰ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਨਜ਼ਰ ਆਉਂਦੀ ਹੈ ਪਰ ਭਾਰਤ ਦੇ ਵਿੱਚ ਸਥਿਤੀ ਬਿਹਤਰ ਅਤੇ ਨਿਰੰਤਰ ਹੈ। ਉੱਥੇ ਹੀ ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਦੀ ਤੀਜੀ ਲਹਿਰ ਨੂੰ ਸਿਰਫ ਮੌਸਮ ਦੀ ਖਬਰ ਨਹੀਂ ਮੰਨਿਆ ਜਾਣਾ ਚਾਹੀਦਾ। ਤੀਜੀ ਲਹਿਰ ਕੁਦਰਤ ਨਾਲੋਂ ਸਾਡੇ ਰੁਝਾਨ ਉੱਤੇ ਵਧੇਰੇ ਨਿਰਭਰ ਹੈ ਕਿਉਂਕਿ ਕੇਸ ਘੱਟ ਹੋਏ ਨੇ ਅਤੇ ਖਤਮ ਨਹੀਂ ਹੋਏ। ਅਗਲੀ ਖਬਰ ਹੈ ਚੰਡੀਗੜ੍ਹ ਦੇ ਵਿੱਚ 19 ਜੁਲਾਈ ਤੋਂ ਖੁੱਲ੍ਹਣਗੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ। ਜਾਣੋ ਕੀ ਹਨ ਦਿਸ਼ਾ ਨਿਰਦੇਸ਼। ਤਾਂ ਦੋਸਤੋ ਕਰੋਨਾ ਦੀ ਲਾਗ ਦੇ ਘਟ ਰਹੇ ਮਾਮਲਿਆਂ ਵਿੱਚ ਇੱਕ ਵਾਰ ਫਿਰ ਵਿੱਦਿਅਕ ਸੰਸਥਾਵਾਂ ਖੋਲ੍ਹਣ ਦੀ ਤਿਆਰੀ ਜ਼ੋਰਾਂ ਸ਼ੋਰਾਂ 'ਤੇ ਹੈ। ਕਈ ਸੂਬਿਆਂ ਦੇ ਵੱਲੋਂ ਸਕੂਲ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਸਕੂਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 19 ਜੁਲਾਈ ਤੋਂ ਚੰਡੀਗੜ੍ਹ ਦੇ ਵਿੱਚ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਚੰਡੀਗੜ੍ਹ ਦੇ ਸਕੂਲ 19 ਜੁਲਾਈ ਤੋਂ ਸ਼ੁਰੂ ਹੋਣਗੇ। ਹਾਲਾਂਕਿ ਵਿਦਿਆਰਥੀਆਂ ਮਾਪਿਆਂ ਦੀ ਇਜਾਜ਼ਤ ਤੋਂ ਬਾਅਦ ਹੀ ਸਕੂਲ ਆਉਣਗੇ। ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਵੀ ਆਨਲਾਈਨ ਸਿੱਖਿਆ ਜਾਰੀ ਰਹੇਗੀ। ਅਗਲੀ ਖਬਰ ਹੈ ਇਹਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ 16 ਜੁਲਾਈ ਨੂੰ ਬੈਠਕ ਕਰ ਕਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ ਪ੍ਰਧਾਨ ਮੰਤਰੀ ਮੋਦੀ। ਤਾਂ ਦੋਸਤੋ ਉੱਤਰ ਪੂਰਬ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਵਾਇਰਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜੁਲਾਈ ਨੂੰ ਸਵੇਰੇ 11 ਵਜੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਓਡੀਸ਼ਾ, ਮਹਾਰਾਸ਼ਟਰ ਅਤੇ ਕੇਰਲਾ ਦੇ ਮੁੱਖ ਮੰਤਰੀਆਂ ਦੇ ਨਾਲ ਸਮੀਖਿਆ ਬੈਠਕ ਕਰਨਗੇ। ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤੀ ਜਾਏਗੀ। ਅਗਲੀ ਖਬਰ ਹੈ ਅਜੇ ਨਹੀਂ ਟਲਿਆ ਕਰੋਨਾ ਦਾ ਖਤਰਾ। ਡੈਲਟਾ ਵੈਰੀਐਂਟ ਬਾਰੇ WHO ਦਾ ਵੱਡਾ ਖੁਲਾਸਾ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਧਾਨਮ ਗੇਬ੍ਰੇਸ ਨੇ ਕਿਹਾ ਕਿ COVID-19 ਦਾ ਡੈਲਟਾ ਦਾ ਨਵਾਂ ਰੂਪ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਡੈਲਟਾ ਵੈਰੀਐਂਟ ਜਿਹੜਾ 104 ਦੇਸ਼ਾਂ ਵਿੱਚ ਪਹੁੰਚ ਗਿਆ ਜਲਦੀ ਹੀ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਸ਼ਾਲੀ ਰੂਪ ਬਣਨ ਦੀ ਸੰਭਾਵਨਾ ਦਿਖ ਰਹੀ ਹੈ। ਅਗਲੀ ਖਬਰ ਹੈ 8 ਕਰੋੜ ਦੀ ਰੋਇਲਸ ਰੋਇਸ ਦਾ ਮਾਲਕ ਬਿਜਲੀ ਚੋਰੀ ਕਰਦਾ ਫੜਿਆ। 35,000 ਬਿਜਲੀ ਚੋਰੀ ਦਾ ਕੇਸ। ਤਾਂ ਦੋਸਤੋ ਬਿਜਲੀ ਚੋਰੀ ਦੀ ਸਮੱਸਿਆ ਦੇਸ਼ ਭਰ ਦੇ ਵਿੱਚ ਆਮ ਹੈ। ਅਜਿਹੀ ਸਥਿਤੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬਿਜਲੀ ਚੋਰੀ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਦੇ ਵਿੱਚ ਇੱਥੋਂ ਦੇ ਇੱਕ ਸ਼ਿਵ ਸੈਨਾ ਦੇ ਵਰਕਰ ਖਿਲਾਫ ਤਕਰੀਬਨ 35,000 ਰੁਪਏ ਦੀ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਸ਼ਿਵ ਸੈਨਾ ਦੇ ਅਹੁਦੇਦਾਰ ਨੂੰ ਜੁਰਮਾਨੇ ਦੇ ਨਾਲ ਨਾਲ ਰਕਮ ਵੀ ਅਦਾ ਕਰਨੀ ਪਵੇਗੀ। ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ ਦੁਆਰਾ ਪਿਛਲੇ ਹਫ਼ਤੇ ਸੰਜੇ ਗਾਇਕਵਾੜ ਦੇ ਖਿਲਾਫ਼ FIR ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਬਿਜਲੀ ਚੋਰੀ ਦੀ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਦੇ ਵਿੱਚ ਹਾਲ ਹੀ ਵਿੱਚ ਸੰਜੇ ਗਾਇਕਵਾੜ ਨੇ ਰੋਲਸ ਰੋਇਸ ਨੂੰ 8 ਕਰੋੜ ਦੇ ਵਿੱਚ ਖਰੀਦਿਆ, ਜਿਸ ਬਾਰੇ ਹਰ ਕੋਈ ਹੈਰਾਨ ਹੈ। ਅਗਲੀ ਖਬਰ ਹੈ ਰਾਮ ਰਹੀਮ ਦੀ ਫੇਰ ਵਿਗੜੀ ਸਿਹਤ, AIIMS ਦੇ ਵਿੱਚ ਲਿਆਂਦਾ ਗਿਆ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਬਲਾਤਕਾਰ ਮਾਮਲੇ ਅਤੇ ਕਤਲ ਮਾਮਲੇ ਦੇ ਵਿੱਚ ਸਜ਼ਾ ਭੋਗ ਰਹੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਹਰਿਆਣਾ ਦੀ ਰੋਹਤਕ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੇ। ਰਾਮ ਰਹੀਮ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਤੁਹਾਨੂੰ ਦੱਸੀਏ ਕਿ ANI ਦੇ ਹਵਾਲੇ ਤੋਂ ਖਬਰ ਆਈ ਹੈ ਕਿ ਡੇਰਾ ਮੁਖੀ ਨੂੰ ਐਂਡੋਸਕੋਪੀ ਟੈਸਟ ਦੇ ਲਈ ਦਿੱਲੀ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਲਿਆਂਦਾ ਗਿਆ। ਇੱਥੇ ਗੁਰਮੀਤ ਰਾਮ ਰਹੀਮ ਨੂੰ ਨਿਗਰਾਨੀ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੇ ਦੌਰਾਨ ਕੁਝ ਜ਼ਰੂਰੀ ਜਾਂਚ ਵੀ ਕੀਤੀ ਜਾਵੇਗੀ। ਅਗਲੀ ਖਬਰ ਹੈ ਮਿੱਤਰਕ ਲਵਪ੍ਰੀਤ ਦੇ ਪਰਿਵਾਰ ਨੂੰ ਮਿਲੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੀਤੇ ਇਹ ਐਲਾਨ। ਤਾਂ ਦੋਸਤੋ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਕਸਬਾ ਦੇ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਰਿਹਾ। ਪਰਿਵਾਰ ਦੇ ਦੋਸ਼ ਲਾਇਆ ਕਿ ਲਵਪ੍ਰੀਤ ਦੀ ਮੌਤ ਉਸ ਦੀ ਪਤਨੀ ਵੱਲੋਂ ਕੈਨੇਡਾ ਪਹੁੰਚ ਉਸ ਨਾਲ ਕੀਤੇ ਧੋਖੇ ਕਾਰਨ ਹੋਈ ਹੈ। ਇਸ ਮੁੱਦੇ 'ਤੇ ਪਰਿਵਾਰ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ, ਜਿੱਥੇ ਉਹਨਾਂ ਨੇ ਲਵਪ੍ਰੀਤ ਦੇ ਪਰਿਵਾਰ ਨੂੰ
इंसाफ का भरोसा दिता है। अगली खबर है, दिल्ली के SDM का फरमान, गुरद्वारों के विच कोई ना आवे तो ना जाए, नहीं तो कर देंगे सील। तो दोस्तों, दिल्ली की बसंत बिहार के उप जिला अधिकारी ने गुरद्वारों के अधिकारियों को दिल्ली आफत प्रबंधन अथॉरिटी के आदेश का सख्ती नाल पालन करन दा निर्देश दिता है, जिस दे विच किसी भी धार्मिक स्थान पर श्रद्धालुओं के प्रवेश पर रोक है। DDMA वालों 10 जुलाई को जारी ताज़ा आदेशों के अनुसार धार्मिक स्थानों नूं खुले रहने की मंजूरी रहेगी, पर श्रद्धालुओं के प्रवेश की मंजूरी नहीं दिती गई है। अगली खबर है, ऑस्ट्रेलिया की थां भेजिया आर्मीनिया आईलैट्स पास नौजवान नाल मारी 16 लाख की ठगी। तो दोस्तों, तुहानूं दसीए कि विदेश भेजण के नाते 16 लाख रुपए की ठगी मारन के दोष हेठ भवानीगढ़ पुलिस ने 2 व्यक्तियों खिलाफ परचा दर्ज किया। इस संबंध के मनजीत सिंह पुत्र जोगिंदर सिंह बासी बीवड़ थाना भवानीगढ़ ने जिला पुलिस मुखी शिकायत दस्सिया कि उसके मुंडे लवप्रीत सिंह ने 12वीं तो बाद आईलैट्स की, जिस दे विचों उसके 16 बैंड आए। शिकायतकर्ता ने दसाया कि बलकार सिंह ते चमकौर सिंह दोवें बासी फलौर जलंधर ने उसनू कहा कि वह मेरे मुंडे नू आस्ट्रेलिया भेज देंदे ने, जिस विच पढ़ाई का कुल खर्चा 16 लाख रुपए आएगा। मनजीत सिंह ने कहा कि उसने उच्च व्यक्तियों 16 लाख रुपए दिते ते व्यक्तियों ने कहा कि पहला उसके मुंडे नू आर्मीनिया लैके जाएंगे, जिस तों बाद आस्ट्रेलिया भेजेंगे। अगली खबर है, मानसून इजलास दे विच 17 नवे बिल लियावेगी सरकार। तो दोस्तों, तुहानूं दसीए कि संसद दे मानसून इजलास विच केंद्र सरकार 17 नवे बिल लियाउंदी तैयारी दे विच है। यह 19 जुलाई तो शुरू होने जा रहा है। इस दौरान डुब्बे कर्जा ते दिवालिया निकलण बारे कोड बिल लियांदा जाएगा, जो ऑर्डीनेंस की थान लवेगा। इस दे तहत लघु अते छोटे दरमियाने उद्योगों लई स्कीमां लियांदियां जाणगियां। सरकार डिपॉजिट बिल बीमा बिल भी लियावेगी, जिस दे तहत बीमा कवर बढ़ा के 5 लाख रुपए किया जाएगा। हालांकि क्रिप्टो करंसी बारे बिल जो लंबे समय तो लटकया होया हाले नहीं लिया जा रहा। अगली खबर है, पंजाब दे विच असमानी बिजली डिगन दियां घटनावां दे विच 331% वाधा। तो दोस्तों, वातावरण में तब्दीली आने के कारण मौसम विज्ञानियों ने आने वाले सालों में असमानी बिजली कारण मौतों की गिणती बढ़ने की चेतावनी दी है। उन्होंने कहना कि धरती का तापमान के बढ़ने नाल असमानी बिजली डिगन दी घटनावां भी बढ़नगियां। अगली खबर है, 5 दिन की देरी दे नाल पंजाब सने पूरे देश के विच पुज्जिया मानसून मौसम विभाग। तो दोस्तों, भारतीय मौसम विभाग ने कहा कि 5 दिन की देरी के मगरों दक्षण पछमी मानसून पूरे देश विच पहुँच गया। दक्षण पछमी मानसून आम तौर पर 8 जुलाई तक पूरे देश तक पुज जाता है। NCR के कई हिस्सों में बारिश हुई है, जिसके बाद मौसम विभाग ने मानसून के दिल्ली आने की पुष्टि की है। विभाग के मुताबिक मानसून अगे बढ़ गया तो पंजाब, दिल्ली, UP और हरियाणा, राजस्थान सने बाकी हिस्सों के भी दस्तक दे चुके हैं। अगली खबर है, देश के दे कोरोना कारण 2020 मरीजों की मौत, 118 दिन बाद कोविड के सब तो घट 31,443 नवे केस। तो दोस्तों, कोविड-19 के एक दिन 2020 मरीजों की मौत होने के नाल देश में मरण वाले की कुल गिणती 410,784 हो गई है। तो दूजे पासे 118 दिन बाद देश में सब तो घट 31,443 नवे केस सामने आने तो बाद कोरोना पीड़ितों की कुल गिणती 3,09,05,819 हो गई है। अगली खबर है, भारत की 1983 विश्व कप क्रिकेट जेतू टीम के हीरो जशपाल शर्मा का दिल के दौरा पैन कारण देहांत। तो दोस्तों, भारत के 1983 विश्व कप क्रिकेट जेतू टीम के हीरो जशपाल शर्मा की दिल का दौरा पैन के नाल मौत हो गई है। वह 66 साल के सन। उन्होंने परिवार विच पत्नी, 2 धियां ते पुत्र ने। मौत की पुष्टि करदिआं जसपाल दे साथी ने कहा कि जसपाल हुण साडे विच नहीं रहा, सानू उसदे परिवार दी इह जानकारी मिली है। जसपाल ने अपने अंतरराष्ट्रीय करियर दे विच 37 टैसट मैचों विच 1,606 ते 42 एक दिना मैचों दे विच 883 दौड़ां बनाईआं ने।
ਉਹ ਆਪਣੀ ਜੁਝਾਰੂਪਣ ਤੇ ਲਈ ਮਸ਼ਹੂਰ ਸੀ ਤੇ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ 1983 ਦੇ ਵਿੱਚ ਇੰਗਲੈਂਡ ਦੇ ਖਿਲਾਫ ਸੈਮੀਫਾਈਨਲ ਮੈਚ ਦੇ ਵਿੱਚ ਉਹਨਾਂ ਨੇ ਅਰਧ ਸੈਂਕੜੇ ਦੀ ਪਾਰੀ ਨੂੰ ਕ੍ਰਿਕਟ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ। ਅਗਲੀ ਖਬਰ ਹੈ, ਨੌਜਵਾਨਾਂ ਨੂੰ 1,00,000 ਨੌਕਰੀਆਂ ਦੇਣ ਦੇ ਲਈ ਚੱਲ ਰਹੀ ਹੈ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਮੁੱਖ ਸਕੱਤਰ। ਤਾਂ ਦੋਸਤੋ, ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯੋਗ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਮੁੱਖ ਸਕੱਤਰ ਬਿੰਨੀ ਮਹਾਜਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਮੈਰਿਟ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਨੂੰ 1,00,000 ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਚੱਲ ਰਹੀ ਭਰਤੀ ਮੁਹਿੰਮ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਅਗਲੀ ਖਬਰ ਹੈ, ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 45 ਕਰੋੜ ਰੁਪਏ ਜਾਰੀ। ਤਾਂ ਦੋਸਤੋ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦੇ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਲਈ 45 ਕਰੋੜ ਰੁਪਏ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕਰ ਦਿੱਤੀ ਗਈ ਹੈ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਅਗਲੀ ਖਬਰ ਹੈ, ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ। 2020 ਦੇ ਵਿੱਚ ਚੀਨ ਤੋਂ ਪਰਤੀ ਸੀ ਵਾਪਸ। ਤਾਂ ਦੋਸਤੋ, ਭਾਰਤ ਵਿੱਚ ਕਰੋਨਾ ਵਾਇਰਸ ਦੇ ਕੇਸ ਨਿਰੰਤਰ ਘੱਟ ਰਹੇ ਨੇ। ਇਸ ਦੇ ਬਾਵਜੂਦ ਕੇਰਲਾ ਦੇ ਸਮੇਤ ਕੁਝ ਰਾਜਾਂ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਹੁਣ ਦੇਸ਼ ਦੀ ਪਹਿਲੀ ਕਰੋਨਾ ਸੰਕਰਮਿਤ ਨੂੰ ਇੱਕ ਵਾਰ ਫਿਰ ਕਰੋਨਾ ਹੋ ਗਿਆ। ਭਾਰਤ ਦੀ ਪਹਿਲੀ ਕੋਵਿਡ-19 ਮਰੀਜ਼ ਨੂੰ ਮੁੜ ਕਰੋਨਾ ਹੋ ਗਿਆ। ਤਿਰਸੂਰ ਦੇ ਮੈਡੀਕਲ ਅਫਸਰ ਨੇ KJ ਗਰੀਨਾ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਕਰੋਨਾ ਮਰੀਜ਼ ਦਾ RT-PCR ਟੈਸਟ ਪੋਜ਼ਿਟਿਵ ਆਇਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਜਦੋਂ ਮਰੀਜ਼ ਨੇ ਅਗਲੀ ਪੜ੍ਹਾਈ ਦੇ ਲਈ ਦਿੱਲੀ ਜਾਣ ਵਾਸਤੇ ਟੈਸਟ ਕਰਾਇਆ ਤਾਂ ਉਹ ਪੋਜ਼ਿਟਿਵ ਨਿਕਲੀ। ਅਤੇ ਦੋਸਤੋ, ਇਹ ਸੀ ਅੱਜ ਸਵੇਰ ਦੀਆਂ ਤਾਜ਼ਾ ਅਤੇ ਮੁੱਖ ਵੱਡੀਆਂ ਖਬਰਾਂ। ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਅਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।